ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ 'ਚ ਪੜ੍ਹਨ ਵਾਲੇ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਲਈ BSF ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ BSF ਕਿਵੇਂ ਦੇਸ਼ ਦੀ ਰੱਖਿਆ ਕਰਦੀ ਹੈ, ਸਰਹੱਦਾਂ 'ਤੇ ਆਪਣੀ ਡਿਊਟੀ ਨਿਭਾਉਂਦੀ ਹੈ 'ਤੇ ਆਧਾਰਿਤ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਗਈ। ਉੱਥੇ BSF ਦੇ ਅਧਿਕਾਰੀ ਮੱਖਣ ਸਿੰਘ, ਡਿਪਟੀ ਕਮਾਂਡ 185 ਬਟਾਲੀਅਨ BSF ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਸਰਕਾਰੀ ਸਕੂਲ ਡੇਰਾ ਪਠਾਣਾ ਵਿਖੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਇਸ ਪ੍ਰਦਰਸ਼ਨੀ ਅਤੇ ਡਾਕੂਮੈਂਟਰੀ ਦਿਖਾਉਣ ਦਾ ਮੁੱਖ ਮਕਸਦ ਸੀ ਕਿ ਜਿੱਥੇ ਬੱਚਿਆਂ ਅਤੇ ਨੌਜਵਾਨਾਂ 'ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾਵੇ, ਉੱਥੇ ਹੀ ਉਹਨਾਂ ਨੂੰ ਇਸ ਗੱਲ ਵੱਲ ਪ੍ਰੇਰਿਤ ਕੀਤਾ ਜਾਵੇ ਕਿ ਉਹ BSF ਜਾਂ ਦੇਸ਼ ਦੀਆਂ ਹੋਰਨਾਂ ਸੁਰੱਖਿਆ ਫੋਰਸ 'ਚ ਭਰਤੀ ਹੋਣ ਅਤੇ ਦੇਸ਼ ਸੇਵਾ ਨਿਭਾਉਣ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਵੀ ਅਨਮੋਲ ਜਾਣਕਾਰੀਆਂ ਦਿੱਤੀਆਂ ਗਈਆਂ ਕਿ ਭਾਰਤ ਦੇਸ਼ ਦੇ ਜਵਾਨਾਂ ਕੋਲ ਕਿਵੇਂ ਆਧੁਨਿਕ ਹਥਿਆਰ ਹਨ ਜਿਨ੍ਹਾਂ ਨਾਲ ਉਹ ਦੇਸ਼ ਦੀ ਸੁਰੱਖਿਆ ਲਈ ਡਿਊਟੀ ਨਿਭਾ ਰਹੇ ਹਨ ਅਤੇ ਇਹਨਾਂ ਹਾਲਾਤਾਂ ਵਿੱਚ ਉਹ ਡਿਊਟੀ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਵੀ ਅਪੀਲ ਉਹਨਾਂ ਨੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਕੀਤੀ ਕਿ ਜੇਕਰ ਪਾਕਿਸਤਾਨ ਵੱਲੋਂ ਆ ਰਹੇ ਡਰੋਨ ਪ੍ਰਤੀ ਜਾਂ ਡਰੋਨ ਰਾਹੀਂ ਜਦ ਕੁਛ ਸ਼ੱਕੀ ਸਮਾਨ ਸੁੱਟਿਆ ਜਾਂਦਾ ਹੈ ਤੇ ਉਹਨਾਂ ਨੂੰ ਸੂਚਨਾ ਜ਼ਰੂਰ ਦੇਣ। ਉੱਥੇ ਹੀ ਇਸ ਇਲਾਕੇ ਦੇ ਸਕੂਲ ਪ੍ਰਿੰਸੀਪਲ ਨੇ ਵੀ BSF ਦੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਅਤੇ BSF ਵੱਲੋਂ ਦਿੱਤੀਆਂ ਜਾਣਕਾਰੀਆਂ ਨਾਲ ਇੱਥੇ ਆਏ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਨੂੰ ਬਹੁਤ ਕੁਛ ਨਵਾਂ ਅਤੇ ਵੱਖ ਸਿੱਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਉਹਨਾਂ 'ਚ ਦੇਸ਼ ਭਗਤੀ ਦਾ ਜਜ਼ਬਾ ਵੀ ਪੈਦਾ ਹੁੰਦਾ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਅੱਜ ਹਰ ਇੱਕ ਨੂੰ ਵਿਦੇਸ਼ ਜਾਣ ਦੀ ਮਨ 'ਚ ਦੌੜ ਹੈ ਉਸ ਨੂੰ ਉਹ ਤਿਆਗ ਕਰ ਦੇਸ਼ ਦੀਆਂ ਐਸੀਆਂ ਸਰਕਾਰਾਂ ਅਤੇ ਫੋਰਸ ਦੀਆਂ ਨੌਕਰੀਆਂ ਲਈ ਵੱਧ ਚੜ੍ਹ ਕੇ ਅੱਗੇ ਆਉਣ ਕਿਉਂਕਿ ਮੌਕੇ ਬਹੁਤ ਹਨ। ਮੈਂ ਮਥਨ ਸਿੰਘ, डिप्टी कमांडेंट 185 बटालियन। आज हमने स्कूल के अंदर एक बच्चों के लिए BSF डॉक्यूमेंट्री और वेपन शो का आयोजन किया है। इसके तहत हम बच्चों को जागरूक करना चाहते हैं कि बच्चे हमारे इस प्रोग्राम से मोटिवेट हों और फोर्स की तरफ उनका अट्रैक्शन बढ़े और फ्यूचर में BSF या और दूसरी जो फोर्सेज हैं उनको ज्वाइन करने का उनका इच्छा जागृत हो और साथ ही वो वेपन के बारे में जानें कि हमारे पास क्या क्या वेपन है जिससे उनके अंदर हमारे ऊपर विश्वास पैदा होगा और हम किस प्रकार ड्यूटी कर रहे हैं, किन हालतों में ड्यूटी करते हैं वो जाने और जान करके BSF पे जो विश्वास है, जो हमारा एक मोटो है कि बॉर्डर पर रहने वाली जो पॉपुलेशंस है उसके सुरक्षा की भावना पैदा करना है तो उनमें हमारे पर विश्वास होगा और वो सुरक्षित अपने आप को महसूस करेंगे। ये मैसेज हमें इनको देना था। जिसमें आए मतलब जो नौजवान हैं वो BSF को ज्वाइन करें, उनके लिए फ्यूचर अच्छा है और उनका जो जैसे नशे की हालत वगैरह उससे दूर होंगे वो और उनका रोज़गार के साधन मिलेंगे, वो BSF को ज्वाइन करने में उनको फ़ायदा होगा। नहीं तो हम उनको बताते रहते हैं इस चीज़ के लिए कि जो ड्रोन के बारे में एक्टिविटी होती है आपके एरिया में जिसको दिखता है वो हमें बताए और कहीं उनके खिलाफ़ कार्रवाई कर सकते करें, उनको कहीं वो मतलब कोई डोपिंग जोन में कोई डोपिंग करके सामान चला जाता तो उसके बारे में बताएं, हम उसके ऊपर कार्रवाई करते हैं, उनको मोटिवेट करते हैं इस चीज़ के लिए, बार बार उनको जागरूक करते हैं। ਅੱਜ ਸ਼ਹੀਦ ਕੰਸਰਾਜ ਸਰਕਾਰੀ ਹਾਈ ਸਕੂਲ ਖਵਾਜਾ ਵਰਦੋਗ ਵਿਖੇ BSF ਦੀ 185 ਬਟਾਲੀਅਨ ਨੇ ਹਥਿਆਰਾਂ ਦੀ ਆਪਣਿਆਂ ਦੀ ਪ੍ਰਦਰਸ਼ਨੀ ਲਾਈ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਅਤੇ ਵਿਦਿਆਰਥੀ ਬੱਚੇ ਜਿਹੜੇ ਨੇ ਇਹ ਇਹਨਾਂ ਤੋਂ ਜਾਗਰੂਕ ਹੋ ਕੇ BSF ਅਤੇ ਭਾਰਤ ਦੀਆਂ ਹੋਰ ਸੈਨਾਵਾਂ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਸਕਣ। ਇੱਕ ਵਧੀਆ ਉਪਰਾਲਾ ਹੈ ਜਿਹਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਇੱਕ ਚੰਗੀ ਸੇਧ ਮਿਲੇਗੀ। ਅਸੀਂ ਇਹਨਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਅਗਾਂਹ ਵੀ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣਗੇ ਤਾਂ ਜੋ ਦੇਸ਼ ਦੇ ਵਿੱਚ ਨੌਜਵਾਨੀ ਜਿਹੜੀ ਆ ਉਹ ਸੁਰੱਖਿਅਤ ਹੋ ਸਕੇ। ਧੰਨਵਾਦ। ਹਾਂਜੀ, ਬੱਚੇ ਉਹ ਫਿਲਮ ਦੇਖ ਕੇ ਬਹੁਤ ਉਤਸ਼ਾਹਿਤ ਹਨ, ਉਹਨਾਂ ਨੂੰ ਪਤਾ ਲੱਗਾ ਕਿ ਸਾਡੀਆਂ ਸੈਨਾਵਾਂ ਕਿੰਨਾ ਹਾਲਾਤਾਂ ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਨੂੰ ਕਰਦੀਆਂ ਨੇ ਅਤੇ ਕਿਵੇਂ ਉਹ ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਆਮ ਪਬਲਿਕ ਦੀ ਸੁਰੱਖਿਆ ਦੇ ਵਾਸਤੇ ਤਤਪਰ ਹਨ। ਉਹ ਫਿਲਮ ਦੇਖ ਕੇ ਬੱਚਿਆਂ ਦੇ ਅੰਦਰ ਕਾਫੀ ਉਤਸ਼ਾਹ ਪੈਦਾ ਹੋਇਆ। ਨੌਜਵਾਨੀ ਨੂੰ ਇਹੀ ਅਪੀਲ ਹੈ ਜੀ ਕਿ ਉਹ ਬਾਹਰ ਜਾਣ ਦੇ ਸੁਪਨੇ ਨੂੰ ਤਿਆਗਦੇ ਹੋਏ ਇੱਥੇ ਪੜ੍ਹ ਲਿਖ ਕੇ ਸਾਰੀਆਂ ਨੌਕਰੀਆਂ ਉਹਨਾਂ ਵਾਸਤੇ ਸੁਰੱਖਿਅਤ ਹਨ, ਉਹ ਆਪਣੇ ਦੇਸ਼ ਦਾ ਭਵਿੱਖ ਜਿਹੜਾ ਵਾ ਬ੍ਰਾਈਟ ਕਰ ਸਕਦੇ ਹਨ ਜੇਕਰ ਉਹ ਆਪਣੀ ਪੜ੍ਹਾਈ ਨੂੰ ਧਿਆਨ ਦੇ ਨਾਲ ਲੈਂਦੇ ਨੇ, ਮਾਂ ਬਾਪ ਦੇ ਕਹਿਣੇ ਦੇ ਵਿੱਚ ਰਹਿੰਦੇ ਨੇ। ਅੱਜ ਨਸ਼ਿਆਂ ਦਾ ਬਹੁਤ ਜ਼ਿਆਦਾ ਰੁਝਾਨ ਹੈ ਅਤੇ ਨਸ਼ਿਆਂ ਦੀ ਪ੍ਰਵਿਰਤੀ ਦਾ ਇੱਕ ਮੇਨ ਕਾਰਨ ਜਿਹੜਾ ਵਾ ਉਹ ਬੇਰੁਜ਼ਗਾਰੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਸਮੇਂ 'ਤੇ ਰੁਜ਼ਗਾਰ ਦੇ ਕੇ ਉਹਨਾਂ ਨੂੰ ਇਹਨਾਂ ਭੈੜੀਆਂ ਪ੍ਰਵਿਰਤੀਆਂ ਤੋਂ ਬਚਾ ਸਕੇ। ਇਸੇ ਨਾਲ ਸੰਬੰਧਿਤ ਹੀ ਜਿਹੜਾ ਅੱਜ ਦਾ ਉਪਰਾਲਾ ਵਾ
वह भी बच्चों अपने रुजगार वास्ते उत्साहित करेगा।